ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਸਿੱਖੀ ਇਤਿਹਾਜ਼ੀਆਂ ਉਹਨਾਂ ਮਹਾਨ ਸ਼ਖਸੀਅਤਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਨਾ ਕੇਵਲ ਬਹਾਦਰੀ ਦੀ ਦਿੱਤੀ ਮਿਸਾਲ ਕਾਇਮ ਕੀਤੀ ਬਲਕਿ ਸਿੱਖ ਧਰਮ ਦੀਆਂ ਮਹਾਨ ਪਰੰਪਰਾਵਾਂ ਦੀ ਸਰਬੋਚਤਾ ਨੂੰ ਅਸੀਮ ਬੁਲੰਦੀਆਂ ਤੱਕ ਪਹੁੰਚਾਇਆ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਲੜੀਆਂ ਸਾਰੀਆਂ ਮਹੱਤਵਪੂਰਨ ਲੜਾਈਆਂ ਵਿੱਚ ਹਿੱਸਾ ਲੈ ਕੇ ਖਾਲਸਾ ਰਾਜ ਦੀਆਂ ਸੀਮਾਵਾਂ ਨੂੰ ਦਰੱਖ ਹੈਬਰ ਮਲਤਾਨ ਕਸ਼ਮੀਰ ਅਤੇ ਲਦਾਖ ਤੱਕ ਪਹੁੰਚਾਇਆ ਉਹਨਾਂ ਦੇ ਜੀਵਨ ਦੀ ਆਖਰੀ ਜੰਗ ਨੌਸ਼ੀਰੇ ਦੀ ਜੰਗ ਸੀ ਅੰਗਰੇਜ਼ ਅਫਗਾਨ ਦੋਗਰੀਆ ਕਾਲੀ ਜੀ ਦੇ ਨਾਂ ਤੋਂ थरथਰ ਕੰਬਦੇ ਸਨ ਇਸ ਜੰਗਵੀਰ ਬਾਬਾ ਫੂਲਾ ਸਿੰਘ ਜੀ ਨੇ ਯੁੱਧ ਦਾ ਨਕਸ਼ਾ ਹੀ ਬਦਲ ਦਿੱਤਾ ਮਹਾਰਾਜੇ ਦੀਆਂ ਹਾਰ ਰਹੀਆਂ ਫੌਜਾਂ ਦੇ ਸਿਰ ਜਿੱਤ ਦਾ ਤਾਜ ਪਹਿਨਾ ਕੇ ਖਾਲਸਾ ਪੰਥ ਦੇ ਇਸ ਮਹਾਨ ਨਾਇਕ ਨੇ 14 ਮਾਰਚ 1823 ਨੂੰ ਸ਼ਹਾਦਤ ਦਾ ਜਾਮ ਪੀ ਲਿਆ ਮਹਾਰਾਜਾ ਰਣਜੀਤ ਸਿੰਘ ਨੇ ਪੂਰੇ ਸਤਕਾਰ ਸਹਿਤ ਇਹਨਾਂ ਦਾ ਸਸਕਾਰ ਦਰਿਆ ਲੁੰਡੇ ਜੋ ਕਾਬਲ ਵਿੱਚ ਹੈ ਉਹਦੇ ਕਿਨਾਰੇ ਕੀਤਾ ਅਤੇ 1834 ਵਿੱਚ ਉਹਨਾਂ ਦੀ ਯਾਦ ਵਿੱਚ ਉੱਥੇ ਇੱਕ ਸਮਾਦ ਬਣਵਾਈ ਜੋ 1947 ਵਿੱਚ ਦੇਸ਼ ਦੀ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਹੀ ਰਹਿ ਗਈ ਹੈ